ਹੇ ਗਾਇਸ ਵੈਲਕਮ ਟੂ ਅਨਦਰ ਵਲੌਗ। ਬਲੱਡ ਟੈਸਟ ਕਰਾ ਰਹੇ ਹਾਂ ਅਤੇ ਜਾ ਰਹੇ ਹਾਂ ਅੱਜ ਕਾਲਜ। ਓਰੀਐਂਟੇਸ਼ਨ ਹੈ, ਸਵੇਰ ਛੇਤੀ ਉੱਠਿਆ, ਅਰਾਊਂਡ 6:30 ਉੱਠ ਗਿਆ ਸੀ ਅਤੇ ਓਰੀਐਂਟੇਸ਼ਨ ਹੈਗੀ ਅਰਾਊਂਡ 9 ਵਜੇ, 1 ਘੰਟਾ 45 ਮਿੰਟ ਲੱਗਣੇ ਜਾਣ ਨੂੰ। ਅਤੇ ਹੁਣ ਮੈਂ ਨਿਕਲ ਚੁੱਕਿਆ ਅਤੇ ਮਿੱਠਾ ਮਿੱਠਾ ਮੀਂਹ ਪਈ ਜਾਂਦਾ, ਜਾ ਰਹੇ ਹਾਂ ਦਿਖਾਉਂਦੇ ਤੁਹਾਨੂੰ ਅੱਜ ਕਾਲਜ ਆਪਣਾ ਅਤੇ ਕਿਵੇਂ ਸੀ ਓਰੀਐਂਟੇਸ਼ਨ, ਸਾਰਾ ਕੁਛ ਦੱਸਾਂਗੇ ਅੱਜ ਇਸ ਵਲੌਗ 'ਚ। ਲੈਂਪਟਨ ਕਾਲਜ ਹੈ ਮੇਰਾ, ਲੈਂਪਟਨ ਵਾਲੇ ਮੁੰਡੇ ਜ਼ਰੂਰ ਦੇਖਿਓ। ਸਾਹਮਣੇ ਜਿਹੜੇ ਸਾਰੇ ਜਾ ਰਹੇ ਆ ਉਹ ਸਟੂਡੈਂਟ ਨੇ ਅਤੇ ਹੁਣ ਮੈਂ ਜਾ ਰਿਹਾ। ਮੈਨੂੰ ਆਲਮੋਸਟ 2 ਘੰਟੇ ਲੱਗੇ ਆਉਣ ਨੂੰ ਮਿਸੀਸਾਗਾ ਤੋਂ ਆਪਣੇ ਕਾਲਜ। ਹੁਣ ਮੈਂ ਦੇਖਦਾ ਬਾਈ ਉਹਨਾਂ ਨਾਲ ਗੱਲਾਂ ਕਰਦਾ, ਸਾਰੇ ਸੇਮ ਕੋਰਸ ਦੇ ਲੱਗ ਰਹੇ ਆ ਅਤੇ ਇਹਨਾਂ ਨਾਲ ਜਾ ਰਿਹਾ ਕਾਲਜ। ਕਾਲਜ ਵਾਲਿਆਂ ਨੇ ਆਹ ਚੀਜ਼ਾਂ ਦਿੱਤੀਆਂ ਖਾਣ ਪੀਣ ਨੂੰ ਅੱਜ, ਥੋੜ੍ਹੀਆਂ ਬਹੁਤ ਬੋਰਿੰਗ ਹੈ, ਬਹੁਤ ਜ਼ਿਆਦਾ ਬੋਰਿੰਗ। ਅਤੇ ਮੈਂ ਇੱਧਰ ਉੱਧਰ ਟਹਿਲ ਰਿਹਾ, ਹੋਰ ਕੁਛ ਨਹੀਂ ਕਰ ਰਿਹਾ। ਕਾਲਜ ਦੇਖ ਲਿਆ ਬਾਈ ਮੇਰਾ, ਨਿੱਕਾ ਜਿਹਾ ਹੀ ਆ, PURC ਵਰਗਾ ਜਾ ਯਾਰ, ਫਿਰ ਛੋਟਾ ਜਿਹਾ ਕਾਲਜ ਲਿੱਤਾ ਮੈਂ। ਚੱਲ ਕੋਈ ਨਹੀਂ, 2 ਸਾਲ ਕੱਢ ਲੈਂਦੇ ਹਾਂ ਇੱਥੇ, ਔਖੇ ਸੌਖੇ ਦੇਖਦੇ ਹਾਂ, ਕੱਢਾਂਗੇ ਐਤਕੀ ਤਾਂ ਕੱਢਾਂਗੇ। ਤਿੰਨੇ ਕਾਲਜ ਬਦਲਤੇ ਮੈਂ, PCT, PURC, ਹੁਣ ਚੀਜ਼ਾਂ ਨਹੀਂ ਬਦਲਣਾ, ਹੁਣ ਦੇਖਦੇ ਹਾਂ। ਬੰਦੇ ਲੱਭੇ ਆ ਨਾਲ ਦੇ ਕੋਰਸ ਦੇ, ਉਹਨਾਂ ਦੇ ਸਕੈਜੂਅਲ ਥੋੜ੍ਹੇ ਜਿਹਾ ਅੱਡ ਆ। ਹੁਣ ਮੈਂ ਚੱਲਣਾ ਸੀ ਪਿੰਮ ਖਾਣ ਪੀਣ, ਅਤੇ ਉਹ ਕਹਿੰਦਾ ਅਸੀਂ ਨਹੀਂ ਖਾਣਾ। ਮੈਂ ਕਿਹਾ ਤੁਹਾਡੀ ਮਰਜ਼ੀ, ਮੈਂ ਤਾਂ ਖਾਊਂਗਾ। ਅਤੇ ਪਿੱਛੇ ਆ ਮੇਰਾ ਕਾਲਜ ਆ, ਇਹ ਬਿਲਡਿੰਗ ਪਹਿਲੀ ਵਾਲੀ ਵੀ ਇਹਦੀ ਬਿਲਡਿੰਗ ਆ, ਪਿਛਲੀ ਵਾਲੀ ਵੀ ਇਹਦੀ ਬਿਲਡਿੰਗ ਹੀ ਆ, ਸਿਸਟਰ ਕਾਲਜ ਦੇ ਨਾਲ ਹੈ, ਲੈਂਪਟਨ ਕਾਲਜ ਟਰੋਂਟੋ। ਇਹੋ ਜਿਹੇ ਅਪਾਰਟਮੈਂਟ ਨੇ, ਜੇ ਇਹੋ ਜਿਹੇ ਅਪਾਰਟਮੈਂਟ 'ਚ ਕਿਤੇ ਮੈਨੂੰ ਰੂਮ ਮਿਲ ਜਾਂਦਾ ਤਾਂ ਬਹੁਤ ਵਧੀਆ ਗੱਲ ਹੋਊਗੀ। ਐਜ਼ ਆਲਵੇਜ਼ ਆ ਗਏ ਹਾਂ ਫਿਰ ਫਰੈਂਚ ਵਜੀਨਾ, ਡਬਲ ਡਬਲ ਅਤੇ ਕ੍ਰਿਸਪੀ ਚਿਕਨ ਰੈਪ। ਭੁੱਖ ਬਹੁਤ ਜ਼ਿਆਦਾ ਤੇਜ਼ ਲੱਗੀ ਹੋਈ ਸੀ, ਕੋਈ ਆਪਸ਼ਨ ਨਹੀਂ ਸੀਗਾ, ਇਸ ਲਈ ਖਾਣਾ ਪੈ ਰਿਹਾ ਬਾਹਰ। ਤੁਹਾਨੂੰ ਵੀ ਲੱਗ ਰਿਹਾ ਹੋਊਗਾ ਮੈਂ ਬਹੁਤ ਜ਼ਿਆਦਾ ਬਾਹਰਲਾ ਕਰ ਰਿਹਾ, ਪਰ ਮਜਬੂਰੀ ਹੈ। ਕਾਲਜ ਜਮਾਂ ਖਾਲੀ ਹੋ ਗਿਆ, ਹੁਣ ਮੈਂ ਚੱਲਾਂ ਵਾਪਸ, ਓਰੀਐਂਟੇਸ਼ਨ ਵਗੈਰਾ ਸਾਰਾ ਕੁਛ ਹੋ ਗਿਆ ਅਤੇ ਮੈਂ ਐਗਜ਼ਿਟ ਲੱਭ ਰਿਹਾ। ਕਾਲਜ ਵਧੀਆ, ਪ੍ਰੋਫੈਸਰ ਵੀ ਸਿਰਾ ਕਾਲਜ ਤਾਂ ਵਧੀਆ। ਦੇਖੋ ਹੁਣ ਪੜ੍ਹਨ ਵਾਲੇ ਤਾਂ ਹੁੰਦਾ, ਕਾਲਜ ਦਾ ਤਾਂ ਕੀ ਹੈ, ਪੜ੍ਹਾਉਣਾ ਤਾਂ ਉਹਨਾਂ ਨੇ ਪ੍ਰੋਫੈਸਰਾਂ ਨੇ, ਸਾਰਿਆਂ ਨੂੰ ਸੇਮ ਹੀ ਆ। ਕਈ ਬੱਚੇ ਅੱਗੇ ਰਹਿ ਜਾਂਦੇ, ਕਈ ਪਿੱਛੇ ਰਹਿ ਜਾਂਦੇ ਆ। ਹਰ ਵਾਰ ਜਦੋਂ ਸਕੂਲ ਜਾਂ ਨਵੀਂ ਕਲਾਸ ਜਾਂ ਕਾਲਜ, 2-3 ਜਿਹੜੇ ਕੀਤੇ ਉਹਨਾਂ 'ਚ ਲੱਗਦਾ ਸੀ ਨਾ, ਮੈਂ ਸੋਚਦਾ ਹੁੰਦਾ ਸੀ ਕਿ ਐਤਕੀ ਫੱਟ ਚੱਕਦੇ ਨੇ ਪੜ੍ਹਨਾ ਪੂਰਾ ਟਕਾ ਕੇ, ਅਤੇ ਐਤਕੀ ਨਹੀਂ ਸੋਚਿਆ ਮੈਂ। ਐਤਕੀ ਮੈਨੂੰ ਲੱਗਦਾ ਜੇ ਮੈਂ ਨਾ ਸੋਚੂੰਗਾ ਫਿਰ ਮੈਂ ਪੜ੍ਹੂੰਗਾ। ਅਤੇ ਇੱਥੇ ਹਾਂ ਦੇਖੋ ਗੂਸ ਆਮ ਹੀ ਫਿਰ ਰਹੀਆਂ ਹੁੰਦੀਆਂ, ਸੋਹਣੀਆਂ ਹੁੰਦੀਆਂ। ਪਹਿਲਾਂ ਵੀ ਦਿਖਾਈ ਸੀ ਇਸੀ ਲੋਕੇਸ਼ਨ 'ਤੇ ਮੈਂ ਆ ਰਹੀ, ਅਤੇ ਹੁਣ ਮੈਂ ਬੱਸ ਫੜ ਕੇ ਵਾਪਸ ਘਰਾਂ ਨੂੰ ਚੱਲਾਂ। ਅਤੇ ਕਾਲਜ ਤੋਂ ਨਿਕਲਦੇ ਹੀ ਨਾਲ ਥੋੜ੍ਹਾ ਜਿਹਾ ਆਲਮੋਸਟ ਅਬਾਊਟ 500 ਮੀਟਰਸ ਉਹ ਰਿਹਾ ਔਡੀ ਦਾ ਸ਼ੋਰੂਮ, ਅਤੇ ਅੱਗੇ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਪੋਰਸ਼ੇ ਦਾ ਵੀ ਸ਼ੋਰੂਮ ਹੈ। ਇੱਥੇ ਆ ਰਿਹਾ ਔਡੀ ਦਾ ਸ਼ੋਰੂਮ,
आ रहा पॉश, जल्दी जल्दी करा दो, ज़्यादा सब्सक्राइबर व्यूज वास्ते पा दो, मोनेटाइज हो जाए फिर एक दिन ये भी लै सकिए, असी ब्रांड नहीं बढ़ाइए, अपने पैसे तो कमावे, अपने पैसे कमावे तो अपने पैसे तो लवेंगे, फिर नज़ारा आऊगा। और देखो खड़ियाँ टू सीटर किनिया सोहनिया लगदियाँ, एल वी शेयर ने ऐ बस फिर चढ़ाई की है ना आदि यूट्यूब पर वीडियो पा पा के, आप भी लियावे एक दिन। आर चिट्टी जी खड़ी है काले रंग च लियावे, पर आही थले जा रहे हैं, घर जा रहे हैं, मैं देख रहा दो दिन की ब्लॉग्स के ना कंटेंट बिल्कुल बहुत घट है, सत सत मिनट के ब्लॉग बन रहे हैं, पाते हैं होर कंटेंट असल तो कोई है भी नहीं ना, कलर शोनी हो जाते हैं पहला ब्लॉग के रॉक्स कलर शो सारे ग्रुप हर साल तक होने कंटेंट ही नहीं होंगे तो मैं बाकी मेहनत कर रहा जो आता दिमाग पा देगा। बाकी यार कनेडा कनेडा देखो इंडिया दे विच एक टाइप दे पेड़ मिलणगे, इत्थे देखो सारे वक्रे वक्रे, वॉट अ ब्यूटी। होया कि मित्रों स्नो पई है इत्थे, तां मैं भसदा भसदा आया अपने घर तो, इत्थे उस दिन मैं दिखाया सी अरीना जिहा आइसलैंड अरीना विच आइस हॉकी खेडदे आ ते उधर सारे सॉकर खेल रहे आ, अज वैदर वधिया सी ते मैं कहा क्यों वाई नॉट लेट्स गो फॉर अ जॉग। आइस आइस है सर, ओह माय गॉड आइसलैंड अरीना आइस है, मैं सोची ना बर्फ कितने पड़ी अभी सर, एक व्यू चेक करो गाइस, बदल गाइस पता नहीं तो ये स्पॉट कर पा रहे हो या नहीं कर पा रहे, पर इतने एक खरगोश बैठा मेरे सामने होने लंघिया, बड़ा क्यूट जहा, नहीं स्पॉट कर पा रहे, मैं गैस करा देना, हो गया वो हिलिया देख गया। हो गाइस पर मैं जॉगिंग करने आया सी, जॉगिंग कर ली है, थक गए हैं ऑलमोस्ट, अगर एक किलोमीटर हो गया, एक नहीं दो किलोमीटर, हम वापस घर में जा रहे हैं, हाय थक गए, बहुत टाइम बच चुकी ना गाइस। एक ना मैंने चंगी नहीं लगी गल मेरी आप दी कि मैं पिछले व्लॉग दे विच अपने कहता सी कि वह जिहड़ी जगह सी बेसमेंट सी बहुत ज़्यादा गंद पाया होया सी, किसी दा रहना सी किसी ने रहा कोई उस तरीके नाल रहिंदा, आपां कुछ कह नहीं सकते, उस ते अपना थोड़ा जिहा ज़्यादा इंप्रूवड है, इसलिए मैं कहा सी गंद पै रहा मैनूं खुद नूं, लाइक मतलब जो मैं वीडियो चैक की मैनूं लग्या नहीं वधिया कि मैं उन्हां दे किसी नूं किसी दी लिविंग स्पेस नूं गंदा लिविंग स्पेस नूं गंदा कह रहा है, इसलिए उस लई सॉरी, ते बस मेरे अकॉर्डिंग वधिया नहीं सीगा वो, किसी की लिविंग स्पेस आप किसी माड़ा नहीं कह सकते, बस यही कहना सी, ते अपनी सेहत का ध्यान रखो भाई, घर का खाओ जिन्ना खा सकते हो, मैं इस टाइम नहीं खा रहा इसलिए मैं तुम्हें दस रहा, तो मैं भी हम कल परसों से शुरू करूँगा, आई विल बी ईटिंग होम स्टफ, रोटी खाऊँगा सवेरे भी एग्स या अंडे वगैरह खा लूँगा, देखता अपने आप को हेल्दी रखने की कोशिश करता, तो अज भी मैं उस चक्कर से 2 किलोमीटर वॉक करके आया, वो ही अपनी बॉडी इज द बेस्ट इन्वेस्टमेंट यू कैन डू, अपनी बॉडी नू अपना मतलब हूँ तो अपना मेरा यंग एज है 20s है, 20 दे विच ही आपां कुछ ना कुछ कर सकते हैं, मतलब पीक एज है अपना अपने अपनी शेप दे विच लिया, इस टाइम तो ही अपना शेप च नहीं है, ढिड निकल आया तो फिर उन्होंने घटाने तो थोड़ा बहुत जिम भी ज्वाइन करते हैं, हूँ देखते हैं करते हैं। ओके गाइस तो आज मेरा अज का दिन, जॉगिंग भी करके आए हैं अज, तो कॉलेज भी जाके आए हैं, कॉलेज गेड़ा मार के आए हैं, ओरिएंटेशन सी की अज वधिया सी, पर 2 घंटे लगे मैनू जाण नू, 2 घंटे लगे आण नू, तो मतलब एक दिन दे $20 लगते आण जाण च, दैट इज़ एक्सपेंसिव, एंड आई विल बी लुकिंग फॉर माई बेसमेंट नियर माई कॉलेज इन नॉर्थ यॉर्क और स्कारबो एरिया,
ਅਤੇ ਹੁਣ ਮੈਂ ਬਸ ਤੁਹਾਡੇ ਤੋਂ ਇਜਾਜ਼ਤ ਲੈਣਾ, ਲਾਈਕ ਸਬਸਕ੍ਰਾਈਬ ਸ਼ੇਅਰ ਬੈਲ ਆਈਕਨ ਨੂੰ ਨੱਪ ਦਿਓ, ਅਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਸ਼ੱਬਾ ਖੈਰ, ਗੁੱਡ ਨਾਈਟ।